ਇੰਨਾ ਇੰਨੀ ਤਾਂ ਵਿਚਾਰੇ ਦੀ ਏਜ ਵੀ ਨਹੀਂ ਸੀਗੀ, ਇੰਨਾ ਨਾਮ ਇੰਨਾ ਵਧੀਆ ਹੋਇਆ, ਹੁਣ ਫਿਰ ਇਕਦਮ ਇਹਦਾ ਕੋਈ ਕੰਮ ਨਹੀਂ ਕਰਨ ਨੂੰ ਜੀ ਕਰ ਰਿਹਾ, ਇੰਨਾ ਇੰਨਾ ਸ਼ੌਕ ਲੱਗਿਆ ਇਕਦਮ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਸਵਾਗਤ ਹੈ ਤੁਹਾਡਾ ਆਪਣੇ ਇੱਕ ਨਵੇਂ ਵਲੌਗ 'ਚ। ਅਤੇ ਅੱਜ ਇੱਕ ਨਵੀਂ ਚੀਜ਼ ਹੋਈ ਹੈ, ਨਵੀਂ ਚੀਜ਼ ਕੀ ਹੋਈ ਹੈ ਮਤਲਬ ਅੱਗੇ ਆਪਾਂ ਵਲੌਗ ਸਟਾਰਟ ਕਰਦੇ ਹਾਂ ਘਰੇ, ਠੀਕ ਹੈ। ਅੱਜ ਵਲੌਗ ਸਟਾਰਟ ਹੋ ਰਿਹਾ ਦੀਪ ਦੇ ਘਰੇ, ਦੀਪ ਤਿਆਰ ਹੋਇਆ ਬੈਠਾ, ਮੈਂ ਤਾਂ ਹੀ ਆ ਗਿਆ। ਅਤੇ ਮੈਂ ਕਿਉਂ ਤਿਆਰ ਹੋਇਆ ਕਹਿੰਦਾ, ਕਾਫੀ ਟਾਈਮ ਹੋ ਗਿਆ ਜੀ ਪੱਗ ਬੰਨੀ ਨੂੰ, ਅਤੇ ਇੱਕ ਦੋ ਕੰਮ ਨੇ ਇਹਨੂੰ ਕਹਿੰਦਾ ਚੱਲ ਇਕੱਠੀ ਕਰ ਲਾਂਗੇ ਫਿਰ। ਅਤੇ ਮੈਂ ਹੀ ਆ ਗਿਆ ਕਿਉਂ, ਕਿਉਂਕਿ ਅੱਜ ਆਪਾਂ ਇੱਕ ਨਵੀਂ ਚੀਜ਼ ਲੈਣ ਜਾਣੀ ਹੈ, ਦੇਖਦੇ ਹਾਂ ਜੇ ਸਾਰੇ ਕੰਮ ਬਣ ਗਏ, ਮਤਲਬ ਜੋ ਜੋ ਕੰਮ ਚਾਹੀਦੇ ਨੇ ਉਹਦੇ ਵਾਸਤੇ ਸਾਰੇ ਕੰਮ ਬਣ ਗਏ, ਫਿਰ ਤਾਂ ਆਪਾਂ ਲੈ ਆਵਾਂਗੇ, ਨਹੀਂ ਤਾਂ ਕੱਲ। ਕੀ ਲੱਗਦਾ ਬਣ ਜਾਣਗੇ ਅੱਜ ਕੰਮ? ਬਣਨਗੇ ਵੀਰੇ, ਆਪਣੇ ਕੰਮ ਕੋਈ ਰੁਕੇ ਯਾਰ, ਪਹਿਲਾਂ ਆਪਣਾ ਥੋੜਾ ਮਿਹਨਤ ਕਰਕੇ ਬਣਦਾ, ਜਾਂਦੇ ਸਾਰ ਨਹੀਂ ਬਣਦਾ, ਜਾਂਦੇ ਸਾਰ ਕਹਿੰਦੇ ਘੰਟਾ ਮਿਹਨਤ ਕਰੋ ਫਿਰ ਬਣਾਵਾਂਗੇ ਕੰਮ, ਉਹ ਕੰਮ ਹੁੰਦਾ ਸਾਡੇ ਨਾਲ। ਚਲੋ ਹੁਣ ਆਪਾਂ ਜਾ ਕੇ ਮਿਲਦੇ ਹਾਂ, ਬਸ ਲੈ ਕੇ ਆਵਾਂਗੇ, ਟੈਨਸ਼ਨ ਨਾ ਲਓ। ਹਾਂ ਕੀ ਲੈ ਕੇ ਆਉਂਦੇ ਹਾਂ ਹੁਣ ਉੱਥੇ ਜਾ ਕੇ ਦਿਖਾ ਦਿੰਦੇ ਹਾਂ, ਪਹਿਲਾਂ ਆਪਾਂ ਇੱਕ ਵਾਰ ਫਿਰ ਟਰਾਈ ਕਰਾਂਗੇ ਵੀ ਕਿਹੜਾ ਆਪਣੇ ਹੱਥ ਨੂੰ ਜ਼ਿਆਦਾ ਬੈਟਰ ਹੈ, ਹੈ ਨਾ, ਕਿਹੜੀ ਚੀਜ਼ ਜ਼ਿਆਦਾ ਮੋਹਰੀ ਹੈ ਆਪਣੇ ਮਨ ਨੂੰ। ਚਲੋ ਚੱਲਦੇ ਹੁਣ ਬਿਨਾਂ ਦੇਰੀ ਤੋਂ। ਬੈਂਕ ਆਏ ਸੀਗੇ ਜੀ, ਬੈਂਕ ਛੋਟਾ ਜਿਹਾ ਕੰਮ ਸੀਗਾ ਇੱਕ ਆਪਣਾ, ਉਹ ਕੰਮ ਹੋ ਗਿਆ ਆਪਣਾ। ਅਤੇ ਕੰਮ ਹੁੰਦੇ ਹੁੰਦੇ ਮੀਂਹ ਪੈਣ ਲੱਗ ਗਿਆ, ਇੰਨਾ ਤੇਜ਼ ਨਹੀਂ ਹੈਗਾ ਵੈਸੇ, ਮਾੜਾ ਮਾੜਾ ਹੀ ਹੈ, ਮਾੜਾ ਮਾੜਾ ਹੀ ਹੈ। ਚਲੋ ਆਪਾਂ ਚੱਲਦੇ ਹੁਣ, ਚੱਲਾਂਗੇ। ਕਹਿੰਦੇ ਲੈਂਸ ਲੈਣ ਆਏ ਹੋਏ ਆ, ਲੈਂਸ ਨਹੀਂ ਸਾਰੀ ਕੈਮਰਾ ਲੈਣ ਆਇਆ। ਆਪਾਂ ਹੁਣ ਆਡੀਅੰਸ ਨੂੰ ਦੱਸਤਾ ਵੀ ਆਪਾਂ ਕੈਮਰਾ ਲੈਣ ਆਏ ਆ ਬਾਈ, ਕੈਮਰਾ ਸਾਡੇ ਸਾਹਮਣੇ ਵੀ ਪਿਆ, ਇਹ ਲੁਕੋ ਕੇ ਤੁਹਾਨੂੰ ਦੱਸ ਦਿੰਦੇ ਆ ਕੈਮਰਾ, ਇਹ ਕੈਮਰਾ ਲੈਣਾ ਆਪਾਂ, ਠੀਕ ਆ। ਮਾਡਲ ਤੁਹਾਨੂੰ ਦਿਖ ਨਹੀਂ ਰਿਹਾ ਫਿਲਹਾਲ, ਜਿਸ ਟਾਈਮ ਬਾਏ ਕਰਾਂਗੇ ਉਸ ਟਾਈਮ ਹੀ ਦਿਖਾਵਾਂਗੇ ਤੁਹਾਨੂੰ ਇਹ, ਹੈਨਾ। ਚੱਲ ਰਿਹਾ ਹੈ ਪ੍ਰੋਸੈਸ, ਚੱਲ ਰਿਹਾ ਪ੍ਰੋਸੈਸ, ਆ ਰਿਹਾ ਬੰਦਾ ਇੱਕ, ਉਹ ਵੈਕਸੀਨ ਲਵਾਉਣ ਗਿਆ ਹੋਇਆ, ਉਸ ਤੋਂ ਬਾਅਦ ਮਿਲਦੇ ਹਾਂ, ਠੀਕ ਆ ਜੀ। ਬਾਹਰ ਆ ਚੁੱਕਿਆ ਜੀ ਸ਼ੋਰੂਮ ਦੇ, ਕੈਮਰਾ ਵਾਲੇ ਸ਼ੋਰੂਮ ਦੇ, ਕਿਉਂ, ਕਿਉਂਕਿ ਵੇਟ, ਮਤਲਬ ਵੇਟ ਕਰਨਾ ਪਊਗਾ ਹਾਲੇ। ਅਤੇ ਤੁਹਾਨੂੰ ਜਿਵੇਂ ਦੱਸਤਾ ਸੀ ਵੀ ਕੈਮਰਾ ਹੀ ਲੈਣਾ, ਠੀਕ ਹੈ, ਇਹਦਾ ਕਨਫਰਮ ਹੋ ਗਿਆ। ਬਾਕੀ ਹਰ ਚੀਜ਼ ਲਈ ਥੋੜ੍ਹਾ ਸਾਨੂੰ ਵੇਟ ਕਰਨਾ ਪੈਂਦਾ ਜਿੱਥੇ ਵੀ ਅਸੀਂ ਜਾਂਦੇ ਹਾਂ, ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਮੈਂ ਵੀ ਕੰਮ ਨਹੀਂ ਬਣਦਾ ਨਾਲ ਦੇ ਨਾਲ, ਮਿਹਨਤ ਕਰਾਉਂਦੇ ਹਾਂ, ਕਹਿੰਦੇ ਘੰਟਾ ਮਿਹਨਤ ਕਰੋ ਫਿਰ ਦਵਾਂ, ਉਹੀ ਕੰਮ ਆਇਆ, ਕਹਿੰਦੇ ਸ਼ਾਮੀ ਆਇਓ ਇੱਕ ਵਾਰੀ, ਘੰਟਾ ਬੈਠ ਕੇ ਆ ਗਏ, ਜਿਵੇਂ ਸ਼ਾਮੀ ਆ ਜਾਵਾਂਗੇ, ਕਾਲ ਕਰਾਂਗੇ ਫਿਰ ਆਇਓ, ਹਾਂ ਸ਼ਾਮੀ ਵਿਜ਼ਿਟ ਕਰ ਲਿਓ ਕਹਿੰਦੇ ਇੱਕ ਵਾਰੀ। ਚਲੋ ਕੋਈ ਨਹੀਂ, ਦੇਖਦੇ ਹਾਂ। ਯੂਨੀਵਰਸਿਟੀ ਜਾਣ ਦਾ ਇੱਕ ਕੰਮ ਹੈ, ਪਰ ਯੂਨੀਵਰਸਿਟੀ ਜਾਣ ਦਾ ਜੀ ਨਹੀਂ ਕਰ ਰਿਹਾ, ਦੱਸ ਦੀ ਫਿਰ। ਮੈਂ ਵੀਰੇ ਨੂੰ ਕਹਿ ਰਿਹਾ ਵੀ ਵੀਰੇ ਚੱਲਦੇ ਹਾਂ, ਕੁਛ ਨਹੀਂ ਹੁੰਦਾ, ਦਿਲ ਤੇ ਪੱਥਰ ਰੱਖਣਾ ਹੀ ਪੈਣਾ। ਵੀਰਾ ਕਹਿੰਦਾ ਜੇ ਨਹੀਂ ਸਲਾਹ ਹੈਗੀ ਮੈਂ ਬਣਾਉਂਦੇ ਹਾਂ, ਵੈਸੇ ਜੇ ਬਣ ਗਈ ਸਲਾਹ ਚੱਲ ਜਾਵਾਂਗੇ, ਕੋਈ ਚੱਕਰ ਨਹੀਂ, ਵੈਸੇ ਫ੍ਰੀ ਹਾਂ ਹੁਣ। ਚੱਲ ਦੇਖਦੇ ਹਾਂ, ਫਿਲਹਾਲ ਤਾਂ ਗੱਡੀ ਤੋਰ ਲਈਏ, ਤੋਰਦਾ ਤੋਰੂਗਾ ਟਾਈਮ ਨਾਲ ਹੀ। ਹਾਂਜੀ ਗੁੱਡ ਮਾਰਨਿੰਗ ਜੀ, ਅਤੇ ਇਹ ਅਗਲਾ ਦਿਨ ਅਸੀਂ ਕੱਲ੍ਹ ਘਰ ਆ ਗਏ ਸੀ, ਮੈਂ ਅਤੇ ਦੀਪ, ਮੈਂ ਦੀਪ ਨੂੰ ਘਰ ਛੱਡਿਆ ਤੁਰ ਆਇਆ, ਉਸ ਤੋਂ ਬਾਅਦ ਮੈਂ ਥੱਕ ਗਿਆ ਸੀ ਕਾਫੀ, ਅਤੇ ਉਸ ਤੋਂ ਬਾਅਦ ਵਲੋਗ ਨਹੀਂ ਬਣਾਇਆ, ਸੋ ਗਿਆ ਸੀਗਾ। ਅੱਜ ਹੁਣ ਟਾਈਮ ਹੋ ਰਿਹਾ ਹੈ 11 ਵਜੇ ਦਾ, 11:30 ਵੱਜ ਗਏ, ਹੁਣ ਮੈਂ ਵਲੋਗ ਦੁਬਾਰਾ ਸਟਾਰਟ ਕੀਤਾ, ਮੈਂ ਚੱਲ ਦੋ ਦਿਨਾਂ ਵਲੋਗ ਇਕੱਠਾ ਕਰਕੇ ਪਾ ਦੂੰਗਾ, ਕੱਲ੍ਹ ਨਹੀਂ ਬਣਿਆ ਮੇਰੇ ਤੋਂ, ਠੀਕ ਆ। ਅਤੇ ਪ੍ਰੀਤ ਅੰਦਰ ਹੈ, ਉਸ ਤੋਂ ਪਹਿਲਾਂ ਤੁਸੀਂ ਉਹ ਕਲਿੱਪ ਦੇਖੋ, ਮੈਂ ਅੰਦਰ ਚੱਲਦਾ, ਪਰ ਉਸ ਤੋਂ ਪਹਿਲਾਂ ਤੁਸੀਂ ਉਹ ਕਲਿੱਪ ਦੇਖਿਓ ਜਿਹੜੀ ਪਰਸੋਂ ਬਣਾਈ ਸੀ ਮੈਂ, ਮਤਲਬ ਮੱਥਾ ਟੇਕਣ ਵਾਸਤੇ ਜਿਹੜਾ ਸਮਾਨ ਰੈਡੀ ਕੀਤਾ ਸੀ ਮੰਮੀ ਨੇ, ਮਤਲਬ ਸਮਾਨ ਨਹੀਂ ਸੇਮੀਆਂ ਬੱਟੀਆਂ ਸੀਗੀਆਂ, ਉਹਦਾ ਵਲੋਗ ਬਣਾਇਆ ਸੀ ਛੋਟਾ ਜਿਹਾ ਪ੍ਰੀਤ ਨੇ, ਮੈਂ ਕਰਨਾ ਸੀਗਾ, ਮੈਨੂੰ ਪਤਾ ਨਹੀਂ ਸੀ, ਤਾਂ ਮੈਂ ਕਲਿੱਪ ਐਡ ਕਰਨਾ ਭੁੱਲ ਗਿਆ ਸੀ ਉਸ ਦਿਨ, ਤਾਂ ਤੁਸੀਂ ਪਹਿਲਾਂ ਉਹ ਦੇਖੋ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਤੁਹਾਡੀ ਆਪਣੀ ਪ੍ਰੀਤ, ਅਤੇ ਇਹ ਨੇ ਸਾਡੇ ਮੰਮੀ, ਤੁਸੀਂ ਸਾਰੇ ਜਾਣਦੇ ਹੀ ਹੋ। ਅਤੇ ਮੰਮੀ ਅੱਜ ਕੀ ਕਰ ਰਹੇ ਨੇ? ਮੰਮੀ ਵੱਟ ਰਹੇ ਨੇ ਅੱਜ ਸੇਮੀਆਂ, ਅਤੇ ਹਰ ਸਾਲ ਗੁੱਗੇ ਦਾ ਮੱਥਾ ਟਿਕਦਾ, ਅਤੇ ਆਪਾਂ ਵੈਸੇ ਤਾਂ ਮਤਲਬ ਬਾਹਰੋਂ ਵੀ ਲੋਕ ਵਟਾ ਲੈਂਦੇ ਨੇ ਮਤਲਬ ਮਸ਼ੀਨ ਨਾਲ, ਬਟ ਮੰਮੀ ਘਰੇ ਸੇਮੀਆਂ ਵੱਟਣੀਆਂ ਜ਼ਿਆਦਾ ਵਧੀਆ ਸਮਝਦੇ ਨੇ, ਵਧੀਆ ਵੀ ਹੁੰਦਾ। ਅਤੇ ਆਹ ਦੇਖ ਲਓ ਮੰਮਾ ਨੇ ਐਵੇਂ ਵੱਟ ਕੇ ਪਾਇਆ ਹੋਈਆਂ ਨੇ, ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ ਵੀ ਇਹ ਥੋੜ੍ਹੀਆਂ ਜਿਹੀਆਂ ਮੈਂ ਵੀ ਵੱਟੀਆਂ ਨੇ। ਮੰਮਾ ਤੁਸੀਂ ਸਿਖਾਈਆਂ ਨੇ ਅੱਜ ਮੈਨੂੰ? ਉਹ ਤੈਨੂੰ ਸਿਖਾਈਆਂ ਨੇ, ਮੈਂ ਅਗਲੇ ਸਾਲ ਫਿਰ ਤੂੰ ਵੱਟਿਆ। ਫਿਰ ਸਾਰਿਆਂ ਨੂੰ ਦੱਸੋ ਮੈਂ ਕਿਹੋ ਜਿਹੀਆਂ ਵੱਟੀਆਂ ਦੀ ਕਿੰਨੀ ਦੇਰ 'ਚ ਸਿੱਖ ਗਈ? ਸੋਹਣੀਆਂ ਵੱਟੀਆਂ ਨੇ, ਨਾਲ ਦੀ ਨਾਲ ਸਿੱਖ ਗਈ ਸੀ ਨਾ, ਛੇਤੀ ਸਿੱਖ ਤਾਂ ਛੇਤੀ ਹੋ ਗਈ। ਹਾਂ ਸੋਹਣੀਆਂ ਵੱਟੀਆਂ ਨੇ ਸੇਮੀਆਂ, ਅਤੇ ਬਹੁਤ ਸੋਹਣੀਆਂ ਸੇਮੀਆਂ ਵੱਟੀਆਂ ਸੀ ਮੈਂ ਵੀ, ਅਤੇ ਬਾਕੀ ਹਲੇ ਮੈਂ ਸਾਹਮਣੇ ਨਹੀਂ ਆ ਸਕਦੀ ਕਿਉਂਕਿ ਆਈ ਐਮ ਫੀਲ ਨੋਟ ਵੈਲ, ਇਸ ਕਰਕੇ ਆਪਾਂ ਸਿਰਫ ਮੰਮਾ ਦਾ ਹੀ ਅੱਜ ਵਲੌਗ ਬਣਾ ਰਹੇ ਹਾਂ। ਅਤੇ ਚਲੋ ਹੁਣ ਆਪਾਂ
ਤਿਆਰੀਆਂ ਕਰ ਲਈਏ ਸੇਵੀਆਂ ਵੱਟਣ ਦੀ। ਸੇਵੀਆਂ ਵੱਟਣ ਦੀ ਆਪਾਂ ਤਿਆਰੀਆਂ ਕਰ ਲਈਏ। ਵੱਟਣ ਦੀ ਤਿਆਰੀਆਂ ਕਰ ਰਹੇ ਹਾਂ, ਵੱਟ ਰਹੇ ਹਾਂ। ਐਕਚੁਅਲੀ ਕੱਲ੍ਹ ਸਾਡਾ ਸ਼ੂਟ ਸੀਗਾ ਵੀਡੀਓ ਦਾ, ਅਤੇ ਜਿਸ ਕਰਕੇ ਥੋੜ੍ਹਾ ਜਿਹਾ ਹਾਲੇ ਥਕਾਵਟ ਜੀ ਹੋਈ ਪਈ ਆ, ਮਨ ਨਹੀਂ ਸੀ ਬੋਲਣ ਦਾ ਵੀ, ਤਾਂ ਬਸ ਹੁਣ ਥੋੜ੍ਹੀ ਤਿਆਰੀਆਂ ਚੱਲ ਰਹੀਆਂ ਨੇ, ਅਤੇ ਕੱਲ੍ਹ ਅਸੀਂ ਜਾਵਾਂਗੇ ਮੱਥਾ ਟੇਕਣ ਵਾਸਤੇ, ਅਤੇ ਹੁਣ ਆਪਾਂ ਤੁਹਾਨੂੰ ਮਿਲਦੇ ਹਾਂ ਕੱਲ੍ਹ। ਮਤਲਬ ਜਦੋਂ ਇਹ ਬਲੌਗ ਆਊ ਇਹਨੂੰ ਤਾਂ ਮਤਲਬ ਮੱਥਾ ਟੇਕ ਚੁੱਕੇ ਹੋਵਾਂਗੇ ਆਪਾਂ। ਹਾਂਜੀ ਹੈ ਨਾ। ਹਾਂਜੀ ਚਲੋ ਹੁਣ ਆਪਾਂ ਤੁਹਾਨੂੰ ਮੱਥਾ ਟੇਕ ਕੇ ਮਿਲਦੇ ਹਾਂ। ਦੇਖ ਲਿਓ ਤੁਸੀਂ ਕਲਿੱਪ, ਇਹ ਮੈਂ ਕਲਿੱਪ ਤਾਂ ਐਡ ਕੀਤੀ ਆ, ਮੈਂ ਕੁਛ ਰਹਿ ਨਾ ਜਾਵੇ ਯਾਰ, ਤਾਂ ਪਹਿਲਾਂ ਵਾਲੀ ਕਲਿੱਪ ਇਹ ਪੁਰਾਣੀ ਕਲਿੱਪ ਠੀਕ ਆ ਜਿਹੜੀ ਹੈ, ਅਤੇ ਦੋ ਦਿਨ ਪੁਰਾਣੀ ਸੀਗੀ। ਚਲੋ ਆਪਾਂ ਚੱਲਦੇ ਹਾਂ ਅੰਦਰ। ਅਤੇ ਪ੍ਰੀਤ ਥੋੜ੍ਹੀ ਜਿਹੀ ਸੈਡ ਹੋਈ ਵੀ ਅੱਜ, ਉਹ ਸੈਡ ਕਿਉਂ ਹੋਈ ਵੀ ਹੈ ਤੁਹਾਨੂੰ ਪ੍ਰੀਤ ਹੀ ਦੱਸੂਗੀ। ਕੀ ਹੋ ਗਿਆ, ਕੀ ਹੋ ਗਿਆ, ਤੂੰ ਦੱਸ ਬੋਲ ਕੇ। ਸਿਧਾਰਥ ਸ਼ੁਕਲਾ ਹਾਰਟ ਅਟੈਕ ਹੋ ਗਿਆ ਉਹਨੂੰ ਵਿਚਾਰੇ ਨੂੰ। ਕਦੋਂ? ਪਤਾ ਨਹੀਂ, ਅੱਜ ਸਵੇਰੇ ਸ਼ਾਇਦ। ਸਿਧਾਰਥ ਸ਼ੁਕਲਾ ਕੌਣ ਸੀ? ਜਿਹੜਾ ਬਿਗ ਬੋਸ 'ਚ ਸੀਗਾ ਪਹਿਲਾਂ ਵਾਲੇ ਬਿਗ ਬੋਸ 'ਚ, ਮਤਲਬ ਜਿਹੜਾ ਪਹਿਲਾਂ ਸੀ, ਮਤਲਬ ਸ਼ਹਿਨਾਜ਼ ਦਾ ਉਹ ਪਾਰਟਨਰ ਸ਼ਹਿਨਾਜ਼। ਤੂੰ ਕਿਉਂ ਰੋਣ ਲੱਗ ਗਈ ਸਵੇਰੇ? ਬਸ ਐਸੀ ਹੈ, ਮੈਨੂੰ ਬਹੁਤ ਅਟੈਚਮੈਂਟ ਹੈ ਨਾ ਨਾਲ ਦੋਨਾਂ ਨਾਲ, ਮੇਰਾ ਸਵੇਰ ਦਾ ਮਨ ਨਹੀਂ ਠੀਕ ਹੈਗਾ ਸਿਧਾਰਥ ਸ਼ੁਕਲਾ ਨਾਲ ਅਤੇ ਉਹਦੇ ਨਾਲ। ਕੁਛ ਨਹੀਂ ਹੁੰਦਾ, ਹੋਏ ਅਭੀ ਤਬੀਅਤ ਖਰਾਬ ਕਰਨੀ ਹੈ ਹੈ ਨਹੀਂ ਨਾ, ਇਹ ਮਜ਼ਾ ਆਉਂਦਾ ਹੈ, ਇਹ ਵਧੀਆ ਲੱਗਦਾ ਹੈ। ਇੰਨਾ ਇੰਨੀ ਤਾਂ ਵਿਚਾਰੇ ਦੀ ਏਜ ਵੀ ਨਹੀਂ ਸੀਗੀ, ਇੰਨਾ ਨਾਮ ਇੰਨਾ ਵਧੀਆ ਹੋਇਆ, ਹੁਣ ਫਿਰ ਇੱਕਦਮ ਮੇਰਾ ਕੋਈ ਕੰਮ ਨਹੀਂ ਕਰਨ ਨੂੰ ਜੀ ਕਰ ਰਿਹਾ, ਇੰਨਾ ਇੰਨਾ ਸ਼ੌਕ ਲੱਗਿਆ ਇੱਕਦਮ। ਕੁਛ ਨਹੀਂ ਹੁੰਦਾ, ਮੈਂ ਕਹਿ ਰਿਹਾ ਜਦੋਂ ਲਿਖੀ ਹੈ ਬੰਦੇ ਉਦੋਂ ਹੀ ਹੋਣਾ। ਦੇਖ ਫਿਰ ਵੀ ਇੰਨਾ ਮਤਲਬ ਬਹੁਤ ਘੈਂਟ ਬੰਦਾ ਸੀ, ਨਾਈਸ ਬੰਦਾ ਸੀ ਬਹੁਤ ਜ਼ਿਆਦਾ। ਮੈਂ ਦੇਖਿਆ ਇਹਨਾਂ ਦਾ ਸਾਰਾ ਸੀਜ਼ਨ ਏ ਟੂ ਜ਼ੈਡ ਸਟਾਰਟਿੰਗ ਟੂ ਐਂਡ ਦੇਖਿਆ। ਸਵੇਰ ਦੀ ਬੈਠੀ ਟੀਮ ਉਰੇ ਸਵੇਰ ਦੀ ਹੈ, ਮੈਂ ਰੋਟੀ ਬਣਾ ਰਹੀ ਸੀ ਜਦੋਂ ਪਾਪਾ ਨੇ ਸੁਣ ਰਹੇ ਸੀ ਉਦੋਂ, ਫਿਰ ਇੱਕਦਮ ਪਾਪਾ ਨੇ ਸਦਨ ਨੂੰ। ਕੁਛ ਨਹੀਂ ਹੁੰਦਾ, ਹੋਏ ਪ੍ਰੀਤ ਨੇ ਫੋਟੋ ਵੀ ਪਾਈ ਹੈ ਇੰਸਟਾ ਤੇ, ਪੋਸਟ ਪਾਈ ਹੈ ਜੀ ਪ੍ਰੀਤ ਨੇ। ਚੱਲ ਸੈੱਟ ਹੋ ਜਾ ਹੁਣ, ਬੈਡ ਫੀਲ ਹੋ ਰਿਹਾ ਬਹੁਤ। ਹੁਣ ਸੈੱਟ ਹੋਏਗੀ ਨਹੀਂ ਹੋਏਗੀ ਹੈ, ਹੋ ਜਾਣਗੀ। ਕਿਹਦੇ ਨੂੰ ਕੁਰਸੀ ਤੋਂ ਗਿਰਾ? ਮੰਮਾ ਨੂੰ ਖੁਦ ਬੈਡ ਫੀਲ ਹੋ ਰਿਹਾ ਇੰਨਾ। ਕਿਹਦੇ ਨੂੰ? ਮੰਮੀ ਦਾ ਸਿਰ ਦਾ ਆਪਣਾ, ਮੰਮੀ ਦਾ ਵੀ ਨਹੀਂ ਮਨ ਠੀਕ। ਮੰਮੀ ਕਿਹੜਾ ਦੇਖਦੇ ਸੀ? ਮੰਮਾ ਦੇਖਦੇ ਸੀਗੇ ਨਾ ਬਿਗ ਬੋਸ ਨਹੀਂ ਦੇਖਦੇ। ਕੌਣ ਆਏ ਮੰਮੀ ਨੂੰ ਸਿਰਫ ਇਹ ਪਤਾ ਹੋਣਾ। ਮੰਮੀ ਕਬੂਦੂ ਚ ਵੀ ਆਂਦਾ ਸੀ ਨਾ ਪਹਿਲਾਂ, ਮੰਮਾ ਨੂੰ ਮਤਲਬ ਮੰਮਾ ਜਾਣਦੇ ਨੇ ਇਹਨੂੰ। ਇਹ ਤਾਂ ਹੁੰਦਾ ਨਾ ਕਿਸੇ ਆਰਟਿਸਟ ਨੂੰ ਆਪਾਂ ਦੇਖਿਆ ਨਹੀਂ ਤਾਂ ਉਹਨੂੰ ਕੁਛ ਹੋਵੇ ਨਾ ਹੋਵੇ ਉਹ ਪਤਾ ਨਹੀਂ ਹੁੰਦਾ ਇੰਨਾ, ਕਿਉਂਕਿ ਪਤਾ ਵੀ ਆਪਾਂ ਦੇਖਿਆ ਨਹੀਂ। ਬਟ ਇੱਕ ਨੂੰ ਆਪਾਂ ਇੰਨਾ ਮਤਲਬ ਦੇਖਿਆ ਹੋਵੇ ਹੈ ਨਾ, ਜਿਵੇਂ ਮੈਂ ਇੰਨਾ ਦੇਖਿਆ ਸੀ ਇਹਨਾਂ ਨੂੰ, ਬਿਗ ਬੋਸ ਦੇਖਿਆ ਸਟਾਰਟਿੰਗ ਟੂ ਐਂਡ ਸਾਰਾ ਦੇਖਿਆ, ਅਤੇ ਉਸ ਤੋਂ ਬਾਅਦ ਵੀ ਦੇਖਿਆ, ਅਤੇ ਆ ਹੁਣ ਥੋੜ੍ਹੇ ਜਿਹੜਾ ਹੋਣ ਵਾਲਾ ਬਿਗ ਬੋਸ ਦੇ ਐਪੀਸੋਡ, ਹੋਣ ਵਾਲੇ ਬਿਗ ਬੋਸ ਦੇਖ ਰਹੀ ਹਾਂ ਮੈਂ, ਜਿਹੜਾ ਹੋਣ ਵਾਲੇ ਮੈਂ ਬਿਗ ਬੋਸ ਦੇਖ ਰਹੀ ਹਾਂ, ਅਤੇ ਉਹਦੇ ਵਿੱਚ ਵੀ ਇਹ ਹੁਣ ਥੋੜ੍ਹੇ ਦਿਨ ਪਹਿਲਾਂ ਆਏ ਸੀਗੇ ਬਿਗ ਬੋਸ 'ਚ ਦੋਨੋਂ, ਸ਼ਹਿਨਾਜ਼ ਔਰ ਸਿਧਾਰਥ। ਕੁਛ ਨਹੀਂ ਹੁੰਦਾ, ਮੈਂ ਕਹਿ ਰਿਹਾ ਠੀਕ ਹੋ ਜਾ, ਕੋਈ ਨਾ ਚੁੱਪ ਕਰ, ਓਏ ਚੁੱਪ ਤਾਂ ਹੈਗਾ, ਰੋ ਰਹੀ ਹੁੰਦੀ। ਬਸ ਹਟਦੀ ਨੀ, ਜੋਤਾਂ ਗਿਰ ਦੂੰਗੀ। ਚੱਲਣਾ ਕਿਤੇ ਘੁੰਮਣ ਅੱਜ? ਕੁਛ ਖਾਣ ਪੀਣ? ਕਿਉਂ ਜੇ ਮਨ ਨਹੀਂ ਰਾਜਦਾਰ, ਮਨ ਠੀਕ ਕਰਨ ਵਾਸਤੇ ਕਹਿ ਰਿਹਾ। ਡੀਅਰ ਪਾਰਕ ਘੁੰਮ ਆਉਂਦਾ ਜੀ, ਕੇਲਾ ਚੌਂਕ ਮੌਲ, ਕੀ ਖਾਣ ਨੂੰ ਕੀ ਪਸੰਦ ਹੈ ਤੈਨੂੰ? ਬਰਗਰ ਖਵਾ ਲੈਣਾ ਜਾ, ਕੁਲਚਾ, ਪੀਜ਼ਾ, ਠੀਕ ਠਾਕ ਮਤਲਬ ਹੈ। ਫਿਰ ਹੁਣ ਚਲ ਤੂੰ ਟੀਵੀ ਦੇਖ ਲੈ, ਠੀਕ ਹੈ, ਅੱਜ ਫਿਰ ਵਲੌਗ ਉਰੇ ਖਤਮ ਕਰ ਦਈਏ। ਛੋਟੇ ਹੀ ਰੱਖ ਦਈਏ, ਮਨ ਨਹੀਂ ਠੀਕ ਅੱਜ। ਚਲ ਫਿਰ ਵਲੌਗ ਐਂਡ ਕਰਕੇ ਆਇਆ, ਠੀਕ ਹੈ, ਆਉਂਦਾ ਮੈਂ 2 ਮਿੰਟ। ਅਤੇ ਜਿਵੇਂ ਤੁਸੀਂ ਦੇਖਿਆ ਵੀ
ਉਹ ਮਨ ਖਰਾਬ ਕਰਕੇ ਬੈਠੇ ਕਾਫੀ ਕਿਉਂਕਿ ਮੈਂ ਬਿਗ ਬੋਸ ਰੈਗੂਲਰ ਨਹੀਂ ਦੇਖਦਾ ਸੀ ਪਰ ਫਿਰ ਵੀ ਮੈਨੂੰ ਵੀ ਫੀਲ ਹੋਇਆ ਤਾਂ ਉਹਦਾ ਰੈਗੂਲਰ ਦੇਖਦੀ ਸੀ ਉਹਨੂੰ ਜ਼ਿਆਦਾ ਫੀਲ ਹੋਇਆ ਹੋਣਾ ਅਤੇ ਇੱਕਦਮ ਹਾਰਟ ਅਟੈਕ ਆਇਆ ਮੈਨੂੰ ਲੱਗਦਾ ਜਿੱਥੇ ਤੱਕ ਮੈਂ ਰਿਸਰਚ ਕੀਤੀ ਹੋਣੀ ਇਹ ਕਲਿੱਪ ਬਣਾਉਣ ਤੋਂ ਪਹਿਲਾਂ ਨਾ ਗੂਗਲ 'ਤੇ ਰਿਸਰਚ ਕੀਤੀ ਸੀ ਮੈਂ ਉਹ 40 ਸਾਲ ਦੇ ਸੀਗੇ ਅਤੇ ਹਾਰਟ ਅਟੈਕ ਨਾਲ ਸਵੇਰੇ ਸਵੇਰੇ ਹਾਰਟ ਅਟੈਕ ਆਇਆ ਉਹਨੂੰ ਅਤੇ ਬਸ ਇੰਨੀ ਕੁ ਨੌਲੇਜ ਮਿਲੀ ਹੈ ਮੈਨੂੰ ਹਾਲੇ ਤੱਕ ਬਾਕੀ ਮੈਂ ਦੇਖਦਾ ਨਹੀਂ ਸੀ ਤਾਂ ਮੈਨੂੰ ਪਤਾ ਨਹੀਂ ਆਈ ਐਮ ਸੋਰੀ ਅਗਰ ਮੈਂ ਕੁਛ ਗਲਤ ਨੌਲੇਜ ਦਿੱਤੀ ਹੋਵੇ 40 ਈਅਰਸ ਇਸ ਬਾਰੇ ਕੁਛ ਗਲਤ ਕਹਿਤਾ ਹੋਵੇ ਤਾਂ ਸੋਰੀ ਅਤੇ ਬਸ ਫਿਰ ਆਪਾਂ ਇਹ ਵਲੋਗ ਇੱਥੇ ਐਂਡ ਕਰਦੇ ਹਾਂ ਵੈਸੇ ਇੱਕ ਸਲਾਹ ਹੋਰ ਇੱਕ ਮਤਲਬ ਇਸ ਵਲੋਗ 'ਚ ਪਏ ਪਾਉਣਾ ਸੀਗਾ ਵੀ ਇੱਕ ਹੋਰ ਚੀਜ਼ ਵੀ ਆਪਾਂ ਨੂੰ ਗਿਫਟ ਆ ਰਹੇ ਨੇ 2 ਗਿਫਟ ਆਏ ਨੇ ਪਤਾ ਨਹੀਂ ਕੌਣ ਭੇਜ ਰਿਹਾ ਉਹ ਤੁਹਾਨੂੰ ਅਗਲੇ ਵਲੋਗ 'ਚ ਦਿਖਾ ਦਾਂਗੇ ਚੱਲ ਜਦ ਥੋੜ੍ਹਾ ਮੂਡ ਸੈੱਟ ਹੋ ਜਾਏਗਾ ਨਾ ਪ੍ਰੀਤ ਦਾ ਉਹ ਦਿਖਾ ਦਾਂਗੇ ਮਿਲਦੇ ਤੁਹਾਨੂੰ ਕੱਲ੍ਹ ਵਾਲੇ ਵਲੋਗ 'ਚ ਸਾਰਿਆਂ ਨੂੰ ਪਿਆਰ ਬਹੁਤ ਸਾਰਾ ਸਾਰੇ ਆਪਣਾ ਧਿਆਨ ਰੱਖਿਓ ਠੀਕ ਆ ਇੱਕੋ ਲਾਈਫ ਆਪਣੀ ਪੂਰਾ ਕਿਸੇ ਦੀ ਕੇਅਰ ਨਾ ਕਰਿਆ ਕਰੋ ਜਿਹੜੇ ਮਤਲਬ ਮੈਂ ਤੁਹਾਨੂੰ ਆਪਦਾ ਦੱਸ ਦਿੰਦਾ ਜੇ ਮੈਨੂੰ ਕੋਈ ਨਹੀਂ ਪਸੰਦ ਤਾਂ ਨਹੀਂ ਪਸੰਦ ਠੀਕ ਆ ਮਤਲਬ ਇਹ ਨਹੀਂ ਵੀ ਮੈਂ ਉਹ ਬੰਦੇ ਨਾਲ ਬਹਿਸ ਕਰੂੰਗਾ ਜਾਂ ਫਿਰ ਕੁਛ ਕਹੂੰਗਾ ਵੀ ਤੂੰ ਮੈਨੂੰ ਨਹੀਂ ਪਸੰਦ ਜੇ ਨਹੀਂ ਪਸੰਦ ਤਾਂ ਲਾਈਫ 'ਚੋਂ ਕੱਢ ਕੇ ਐਵੇਂ ਕੱਢ ਕੇ ਬਾਹਰ ਛੱਡ ਦੇਣਾ ਬਸ ਕਿਉਂਕਿ ਇੱਕੋ ਲਾਈਫ ਹੈ ਯਾਰ ਬਹੁਤ ਕੀਮਤੀ ਹੈ ਲਾਈਫ ਆਪਣੀ ਇੱਕੋ ਲਾਈਫ ਹੈ ਜੀਓ ਪੂਰਾ ਇੰਜੋਏ ਕਰੋ ਕੇਅਰ ਨਾ ਕਰੋ ਕੁਛ ਠੀਕ ਆ ਚਲੋ ਮਿਲਦੇ ਹਾਂ ਹੁਣ ਕੱਲ੍ਹ ਵਾਲੇ ਵਲੌਗ 'ਚ ਲਵ ਯੂ ਅੱਖਾਂ ਵਾਲੇ ਕੈਮਰੇ ਨਾਲ ਫੋਟੋ ਤੇਰੀ ਖਿੱਚ ਕੇ ਦਿਲ ਵਿੱਚ ਰੱਖ ਲਈ ਸੰਭਾਲ ਵੇ।